ਉਹ ਬਈ ਕਿਉਂਕਿ ਫੇਸਬੁੱਕ ਦੀ ਨਵੀਂ ਅਪਡੇਟ ਆਈ ਹੈ, ਕਮੈਂਟ ਹਾਈਡ ਕਰ ਦਿੱਤੀ ਆ ਫੇਸਬੁੱਕ ਨੇ। ਗੁਰਬਰਾ ਜੀ ਡਾਂਗ ਖੜਕੂ, ਬਾਕੀ ਕਹਿੰਦੇ ਡਾਂਗ ਖੜਕ ਰਹੀ ਹੈ, ਉਧਰ ਵਿੱਕੀ ਤੇ ਕਹਿੰਦੇ ਘੋੜਾ ਮਹਾਰਾਜ ਵਾਲਾ ਖੇਡ ਰਹੀ ਹੈ। ਸਾਡੇ ਵੀਰ ਕਹਿੰਦੇ ਵੀ ਜਿੰਨੇ ਨੰਬਰ ਲੈਂਦੇ ਹੈ ਹਰ ਇੱਕ ਨੰਬਰ ਦਾ 100 ਰੁਪਿਆ ਹੋਣਾ ਹੈ। ਵਿੱਕੀ ਦੇ ਘੋੜਾ ਜਿੰਨੇ ਨੰਬਰ ਜੁੜਦੇ ਹੈ, ਹਰਪ੍ਰੀਤ ਕੈਨੇਡਾ, ਜਗਨੀ ਬੱਬਰ, ਯਾਸਪ੍ਰੀਤ ਭੁੱਲਾ, ਨਾਲ ਜਗਤਾਰ ਗਿੱਲ ਜੀ, ਕਲਾਕਾਰਾਂ ਦੀ ਗੱਲ ਹੋਵੇ ਚਾਹੇ ਕਬੱਡੀ ਦੇ ਸੁਪਰ ਸਟਾਰਾਂ ਦੀ ਗੱਲ ਹੋਵੇ, ਕਹਿੰਦੇ ਪਹਿਲੀ ਪਸੰਦ ਹੈ ਸਿੱਧੂ ਫਾਰਮ। ਵੱਡਾ ਧੰਨਵਾਦ ਹੋ ਵੀ ਭਰਾ ਬਹੁਤ ਵੱਡੀ ਸਪੋਰਟ ਇਸ ਕੱਪ ਦੇ ਲਈ ਕਰਦੇ ਹੈ, ਬਹੁਤ ਸੋਹਣੇ ਮੁਕਾਬਲੇ ਆਪਾਂ ਦੇਖ ਰਹੇ ਹਾਂ। ਵੈਲਕਮ ਸੁਖਵਿੰਦਰ ਸਰਾ ਜੀ, ਦੱਸੋ ਜੀ ਕਿਹੜੀ ਰਹੀ ਹੈ ਸੱਤਾ, ਜਿੱਤ ਗਿਆ 2 ਰਨ ਹਰ ਬਣਾ ਜੋੜ ਲੱਗੀ ਬਈ। ਖਿਆਲੀ ਵਾਲੇ ਪਿੰਡ ਵਾਲੇ, ਖਿਆਲੀ ਵਾਲੀ ਦੀ ਟੀਮ ਜਿਹੜੀ ਚੱਲ ਰਹੀ ਮੈਚ ਦੇ ਜੇਤ ਰਹੀ ਹੈ, ਬਾਈ ਸਰਖਾਨੇ ਵਾਲਾ ਵੀ ਆਇਆ ਹੋਇਆ। ਦੋ ਨੰਬਰ ਚ ਮਾਰੋ ਜੀ ਬਾਜ, ਸਭ ਤੋਂ ਪਹਿਲਾਂ ਮੱਥਾ ਟੇਕ ਦਿੱਤਾ, ਆਹ ਖੇਡ ਭਾਵਨਾ ਦੀ ਨਿਸ਼ਾਨੀ ਹੁੰਦੀ ਹੈ। ਨਹੀਂ ਮੈਂ ਦੇਖਿਆ ਵੀ ਨਵੇਂ ਪਲੇਅਰ ਬਹੁਤ ਘੱਟ ਹੈ ਜਿਹੜੇ ਸਮੇਂ ਲਾਉਂਦੇ ਹੈ, ਤੇ ਪੁਰਾਣੇ ਪਲੇਅਰ ਤੁਸੀਂ ਦੇਖਿਓ ਵੀ ਨਾਲ ਦੀ ਨਾਲ ਹੀ ਗਰਾਊਂਡ ਚ ਆ ਜਾਂਦੇ ਹੈ। ਦੋ ਦਾ ਮੈਚ ਚਲਾ ਲਈਏ, ਮਹਿਰਾਜ ਵਾਲੇ ਮੁੰਡੇ ਗੋਲਡੀ ਆਓ ਜਲਦੀ ਦੇ ਨਾਲ, ਮਹਿਰਾਜ ਦੀ ਟੀਮ ਤੇ ਗਰਾਊਂਡ 3 ਦੇ ਨੰਬਰ ਵੀ ਦੱਸਦੀ ਵੀ ਕਿੰਨੇ ਕੁ ਬਾਕੀ ਹੈ। 3 ਨੰਬਰ ਗਰਾਊਂਡ, ਕੈਪਟਨ ਆਊਗਾ ਵੀਰੇ, ਨੇੜੇ ਹੀ ਆ ਕੈਪਟਨ ਆਊਗਾ ਜੀ, ਜੋਧਪੁਰੀਆ ਦੇ ਆ ਮੈਂ ਜਿੱਤ ਗਈ, ਕੈਪਟਨ ਹੋ ਸਕਦਾ ਚੱਲਦੇ ਮੈਚ 'ਚ ਆ ਜਾਵੇ ਬਈ। ਗੰਗੋੜਾ ਦੇ ਪੱਟੇ ਮੇਲੇ ਤੇ ਸੋਨੀ ਦਾ ਮਾਣ ਜਿਹੜਾ
ਇੱਕ ਪਿੰਡ ਸਰਪ੍ਰਾਈਜ਼ ਨਾਲ ਕੀਤਾ ਜਾਣਾ। ਬਹੁਤ ਵੱਡਾ ਧੰਨਵਾਦ ਸਾਡੇ ਯਾਰ ਦਾ, ਔਰ ਪਿੰਡੀ ਦਾ ਭਰਾ ਸਾਡਾ ਗੰਗੋਰਾ ਪਿੰਡ ਵਾਲਾ, ਤੇ ਉਹ ਵੀਰ ਕਹਿੰਦਾ ਹੈ ਵੀ ਆਉਣ ਵਾਲੇ ਗੰਗੋਰਾ ਦੇ ਫੱਡੇ ਕੱਪ ਦੇ ਉੱਤੇ ਔਰ ਟੁੱਲੀ ਲਾਉਣ ਦੇ ਸੋਨੀ ਦਾ ਮਾਣ ਜਿਹੜਾ ਉਹ ਪਿੰਡ ਸਰਪ੍ਰਾਈਜ਼ ਨਾਲ ਕੀਤਾ ਜਾਵੇਗਾ। ਵਾਹ ਜੀ ਵਾਹ, ਵੱਡਾ ਮਾਣ ਹੋਵੇਗਾ। ਲੈ ਵੀ ਗਰਾਂ ਨੰਬਰ ਦਾ ਨਹੀਂ, ਕੋਈ 3 ਨੰਬਰ ਗਰਾਂ ਦੇ ਕਿੰਨੇ ਕਿੰਨੇ ਐ ਉਦੋਂ ਵਾਲੇ ਨੰਬਰ ਪਾ ਹੁੰਦਾ ਤੇ ਉਹਨਾਂ ਨੂੰ ਫੋਨ ਕਰ ਦਿਓ, ਬਾਲਾ ਚੱਕ ਲਓ ਤਿੰਨੇ ਜਿੱਦੇ ਉਹ ਗ੍ਰੇਡਿੰਗ ਉਹ ਦੇ ਫੜਾ ਨਹੀਂ ਬਸ ਬਾ ਠੀਕ ਤਾਈਆਂ ਦੀ ਤਿਆਰੀ ਆ ਥਰਡ ਰਾਉਂਡ ਦੀ ਜੋਨੀ ਕੈਨੇਡਾ ਵੀਰੇ ਸੈਂਟਰ ਚ ਦੀਨੂ ਆ ਰਾਜ ਬੁਰੀ ਵੀਰੇ ਆਪਾਂ ਤਾਈਆਂ ਕੱਢਣੀ ਹਾਂ ਜੀ ਇੱਕ ਮਿੰਟ ਸਰ ਸਬਰ ਕਰੋ ਜੀ ਥੋੜਾ ਜਿਹਾ ਸਰਦੂਲਗੜ ਬਹੁਤ ਸੋਹਣਾ ਮੈਚ ਖੇਡਿਆ ਜਾਣਾ ਹੈ। ਆ ਜਾਓ ਟੀਮਾਂ ਵੀਰੇ, ਜਿਹੜੀਆਂ ਜਿਹੜੀਆਂ ਟੀਮਾਂ ਦੇ ਨਾਮ ਬੋਲੇ ਬਾਈ ਦਾਰੇ ਨੇ, ਸੋ ਮੇਰਾ ਭਰਾ ਬਣ ਕੇ ਪਹਿਲਾਂ ਆਪਾਂ ਗਰਾਊਂਡ ਨੰਬਰ 2 ਦਾ ਵੀ ਮੈਚ ਚਾਲੂ ਕਰੀਏ ਜੀ। ਇਹਦੇ ਥੱਲੇ ਦੀ ਟੀਮ ਦਾ ਨੰਬਰ ਜਿਹੜਾ ਲਾਸਟ ਹੈ ਜੀ 4 ਠੀਕ ਹੈ ਜੀ। ਕੋਈ ਨਹੀਂ ਕੋਈ ਲੈ ਗਿਆ ਤੇ ਸਰਦੂਲਗੜ ਦੇ ਸਾਰੇ ਆ ਜਾਣਗੇ। ਆਨੰਦ ਗੁਦਾਰਾ ਵੈਲਕਮ ਜੀ, ਆਨੰਦ ਗੁਦਾਰਾ ਜੀ। ਰਤਾਸ ਬਾਟਨ ਆਇਆ ਹੈ ਅੱਜ, ਰਤਾਸ ਬਾਟਨ ਕੌਣ ਹੈ ਬਾਈ? ਰਤਾਸ ਬਾਟਨ ਓਕੇ ਓਕੇ ਜੀ, ਆਨੰਦ ਗੁਦਾਰਾ ਜੀ ਠੀਕ ਹੈ। ਬਿਲਕੁਲ ਸਾਹਮਣੇ ਨਰਮਾ ਖਟਾਈਆਂ ਕੱਢੀਆਂ ਜਾ ਰਹੀਆਂ, 18 ਕਿਲੋਮੀਟਰ ਰਹਿ ਗਿਆ ਨੀਰਜ, ਦੇਖ ਜੰਗ ਜੁੰਗ ਲੱਗਦੀ ਇੰਟਰਨੈਟ ਚੱਲਦਾ ਨਹੀਂ ਹੈ। ਕਦੋਂ ਕਹਿੰਦੇ ਆ ਚਲਾਉਣਗੇ ਫਿਰ ਉਹ ਤਾਂ ਟੂਰਨਾਮੈਂਟ ਵੀ ਨੇ ਯਾਰ, ਖਰਾਬ ਹੋਊ ਇਹ ਤਾਂ ਕੰਮ। 22 ਮਾਰਚ ਇਹ ਤਾਂ ਟੂਰਨਾਮੈਂਟ ਖਰਾਬ ਹੋਣਗੇ। ਜਸਪ੍ਰੀਤ ਵੀਰੇ ਦੂਜੇ ਲਾਈ ਤੇ ਪਈ ਜਾਂਦੀਆਂ ਟਾਈਆਂ, ਉੱਧਰ ਕਰ ਲਓ ਚੈੱਕ ਵੀਰੇ। ਜੋਧਪੁਰੀਆ ਦੇ ਕੰਦੂਖੇੜ ਦਾ ਟੌਪ ਦਾ ਮੈਚ ਕੈਮਰੇ ਸਾਹਮਣੇ ਬਈ, ਇਹ ਆ ਦੀਨੂ ਜੋਧਪੁਰੀਆ। ਉਹ ਖੜੇ ਰਤਾਸ ਬਾਟਨ ਵੀਰੇ ਸਾਹਮਣੇ ਕੈਮਰੇ 'ਚ ਦਿਖ ਰਹੇ ਨੇ, ਚੈੱਕ ਕਰੋ ਜੀ ਆਨੰਦ ਗੁਦਾਰਾ ਜੀ। ਰਤਾਸ ਜੀ ਠੀਕ ਹੋ ਜੀ? ਬਾਟਨ ਸਾਹਿਬ ਚੱਲੋ
ਲੈ ਵੀ ਬਹੁਤ ਵਧੀਆ ਮੈਚ ਇੱਧਰ ਗਰਾਊਂਡ ਨੰਬਰ 1 ਵਿੱਚ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਜੋਧਪੁਰੀਆ ਦੀ ਟੀਮ ਜਿਹੜੀ ਆ ਗਈ ਹੈ, ਜਿਹੜੇ ਸਰਸੋਂ ਰੰਗ ਦੇ ਜੋਧਪੁਰੀਆ ਪਿੰਡ ਬੜਾ ਪ੍ਰਸਿੱਧ ਕਰ ਦਿੱਤਾ ਮੁੰਡਿਆਂ ਨੇ ਵਾਲੀਬਾਲ ਖੇਡ ਖੇਡ ਗਈ ਹੈ ਤੇ ਸੈਂਟਰ ਜਿਹਨਾਂ ਦੇ ਵੇਲ ਦਾ ਖੇਡਦਾ ਹੈ। ਨਾਲ ਮੈਂ ਤੱਕ ਰਿਹਾ ਵੀ ਕਪਿਲ ਆਇਆ ਹੋਇਆ ਕਹਿੰਦੇ ਤੀਰ ਖੇੜੇ ਵਾਲਾ ਸੱਜੇ ਪਾਸੇ ਜੋਧਪੁਰੀਆ ਕੋਚ ਆ ਤੇ ਨਾਲ ਮਨੋਜ ਖੇਡਦਾ ਹੈ, ਪਰ ਨਾਲ ਦਸੌਂਦਿਆ ਪਿੰਡ ਹੈ ਕਹਿੰਦੇ ਪ੍ਰਦੀਪ ਦਾ ਬੜੇ ਚੋਟੀ ਦੇ ਡਿਫੈਂਸਰਾਂ ਦੇ ਵਿੱਚ ਨਾਮ ਬੋਲਦਾ ਖਿਡਾਰੀ ਦਾ, ਪਰ ਦੂਜੇ ਪਾਸੇ ਥਰਾਜ ਵਾਲਾ ਪਿੰਡ ਆ ਕਹਿੰਦੇ ਹਰਮਨ ਦਾ ਤੇ ਨਾਲ ਮੈਂ ਤੱਕ ਰਿਹਾ ਵੀ ਦਿਓ ਪਿੰਡ ਦਾ ਪ੍ਰਦੀਪ ਆਇਆ ਹੋਇਆ ਹੈ ਔਰ ਚੋਟੀ ਦਾ ਮੁਕਾਬਲਾ ਗਰਾਊਂਡ ਨੰਬਰ ਜਿਹੜਾ 1 ਦੇ ਵਿੱਚ ਖੇਡਿਆ ਜਾ ਰਿਹਾ ਹੈ। ਖਿਡਾਰੀਆਂ ਨੂੰ ਮੈਚ ਸ਼ੁਰੂ ਕਰ ਦਈਏ ਜੀ ਗਰਾਊਂਡ ਨੰਬਰ 3 ਦੀਆਂ ਵੀ ਟੀਮਾਂ ਤੇ ਆ ਗਈਆਂ ਯਾਰ ਜੇਕਰ ਹਰਮਨ ਤੇ ਪਲਵਿੰਦਰ ਬਾਠ ਜੇਕਰ ਮੈਚ ਜਿੱਤ ਜਾਣ ਤੇ ਭਰਾ ਸਾਡਾ ਕਹਿੰਦਾ ਵੀ ਘੱਗੇ ਦੇ ਟੂਰਨਾਮੈਂਟ ਤੇ ਆਪਾਂ ਇੱਕ ਵੱਡਾ ਸਰਪ੍ਰਾਈਜ਼ ਜਿਹੜਾ ਉਹ ਦੇਵਾਂਗੇ ਵੀਰਾਂ ਨੂੰ। ਹਾਂ ਜੀ, ਮੈਚ ਨਹੀਂ ਚੱਲਿਆ ਲੈ 2 ਨੰਬਰ ਕਬਲੀ ਮੈਚ ਚਲਾ ਦਈਏ ਆਪਾਂ, ਇੱਧਰ ਵੀ ਧਿਆਨ ਦੇਈਏ ਥੋੜਾ ਜ਼ਰੂਰ। ਗਰਲਾਲ ਚਲਾ ਗਿਆ ਜੀ ਮੈਚ ਨੂੰ, ਬਾਈ ਨੰਬਰ ਦਾ ਮੈਚ ਚੱਲਿਆ। ਬਾਈ ਜੀ ਦੇਖੋ ਸਾਰੇ ਬੰਦਿਆਂ ਨੇ 1 ਨੰਬਰ ਗਰਾਊਂਡ ਤੇ ਨਾ ਹੋ, ਇੱਧਰ ਵੀ ਭਰਾ ਬੰਦੇ ਧਿਆਨ ਰੱਖੋ, ਜ਼ਰੂਰ ਚਲਾਈਏ ਮੈਚ ਆਪਾਂ। ਸਾਈਆਂ ਕਰਦੀਆਂ ਜੇ ਦੇਵਾ ਟੀਮਾਂ ਮੈਚ ਸੁਣ ਪਹਿਲਾ ਮੈਚ ਖੇਡਿਆ ਜਾਣਾ 1 ਨੰਬਰ ਗਰਾਊਂਡ ਤੇ ਫਤਿਹਪੁਰ ਯੂਪੀ ਤੇ ਚੈਣੇਵਾਲ ਦੀਆਂ ਟੀਮਾਂ ਜੀ। ਇੱਕ ਨੰਬਰ ਗਰਾਊਂਡ ਤੇ ਆਜੋ, ਅਗਲਾ ਮੈਚ ਫਤਿਹਪੁਰ ਯੂਪੀ ਦੇ ਚੈਣੇਵਾਲ ਨੇ ਖੇਡਣਾ ਜੱਸੇ ਤੇ 2 ਨੰਬਰ ਗਰਾਊਂਡ ਸੱਜਣ ਦੀ ਟੱਕਰ ਤੇ ਖਿਆਲੀ ਵਾਲੇ ਦੀ ਡਾਂਗ ਖੜਕਣੀ ਹੈ। ਓਕੇ ਓਕੇ ਕਰਮੀਰ 2 ਨੰਬਰ ਗਰਾਊਂਡ ਤੇ ਆਉਂ ਜੀ। ਜੇਤੂ ਦਾ ਮੈਚ ਸੱਤੇ ਨਾਲ ਨੇ ਖੇਡਣਾ ਖਿਲਰੀਆਂ ਦੇ ਨਾਲ, ਇਹ ਟੀਮਾਂ ਦੂਗਾ 3 ਨੰਬਰ ਗਰਾਊਂਡ ਤੇ ਆਜੋ ਜੀ। ਯੂਪੀ ਸ਼ਾਸਤਰੀ ਤੇ ਸਖਲੰਦੀ ਦਾ ਮੈਚ ਖੇਡਿਆ ਜਾਣਾ ਹੈ, ਬਾਰੇ ਕੇ ਦੀ ਡਾਂਗ ਖੜਕਣੀ ਹੈ। ਜਿਹੜਾ ਮੈਚ ਚੱਲਦਾ 1 ਨੰਬਰ ਗਰਾਊਂਡ ਤੇ ਕੰਦੂ, ਅਗਲਾ ਮੈਚ ਚੈਣੇਵਾਲ ਇਹਦੀ ਜੇਤੂ ਖੇਡੂ ਤੇ ਯੂਪੀ ਫਤਿਹਪੁਰ ਵਰੇ ਮਾਸਾ ਪੈਂਕੀਆਂ ਦਾ ਮੈਚ ਅਨਮੋਲ ਦੀ ਬਰਾੜ ਵਰੇ ਵੇਟ ਕਰੋ ਸ਼ਰੀਰ ਵਾਲੇ ਉਹ ਬੁਲਾ ਦਿੰਦੇ ਆ ਵਰੇ, ਜਿਹੜਾ ਦੋਟ ਮੈਚ ਚੱਲਦਾ ਮਹਾਰਾਜ ਵਾਲੇ ਮੁੰਡਿਆਂ ਦਾ, ਦੱਸੇ ਦਾ ਇੱਥੇ ਹੁਣ ਅਗਲਾ ਮੈਚ, ਦੱਸੇ ਦਾ ਅਗਲਾ ਮੈਚ ਇੱਥੇ ਹੁਣ ਵਰੇ 2-3 ਦੀ ਯੂਪੀ ਫਤਿਹਪੁਰ ਨਾਲ ਵਰੇ, ਮਾਤਾ ਇੰਡੀਆ ਵਾਲੇ ਮੁੰਡੇ ਯੂਪੀ ਫਤਿਹਪੁਰ ਤੇ ਜੀਤਾ ਖਜਰਾਵਰ ਤੇ ਰੌਕੀ ਜਰਾਪੁਰ ਟੀਮ ਨੂੰ ਬਾਈਕ ਹੈ, ਰੌਕੀ ਮਾਤਾ ਇੰਡੀਆ ਵਾਲੇ ਮੁੰਡੇ 8 ਟੀਮ ਬਾਬਿਆਂ ਦੇ ਬੋਲੀ ਜਾਂਦੇ ਆਂਦੇ ਇਹ ਜਿਹੜੀਆਂ ਤੀਜੇ ਰੌਂਡ ਦੀਆਂ ਟਾਈਆਂ ਹੈ ਤੇ ਮੈਚ ਚਲਾ ਲਈਏ ਜਲਦੀ ਤੇ ਮੈਚ ਲੈ ਕੇ ਚੱਲਿਆ ਹੋਵੇ। ਲੈ ਵੀ ਆਓ ਬੜਾ ਵੀਰ ਬਣ ਕੇ ਬਾਈ ਯਾਰ 2 ਨੰਬਰ ਗਰਾਊਂਡ ਤੇ ਕਰ ਲਓ ਸ਼ੁਰੂ ਮੈਚ ਪਿੰਡ ਵਾਲੇ ਹੋਰ ਵੀ ਮੇਰਾ ਵੀਰ ਬਣ ਕੇ ਕਰੋ ਸ਼ੁਰੂ ਮੈਚ, ਪਰ ਨਾਲ ਹੀ ਮੇਰੇ ਟਾਈਆਂ ਜਿਹੜੀਆਂ ਕਰ ਦਿੱਤੀਆਂ ਨੇ ਆਪੋ ਆਪਣੇ ਮੈਚ ਖੇਡਣ ਦੇ ਲਈ ਮੁੰਡੇ ਤਿਆਰ ਮੈਂ ਤਿਆਰ ਰਹਿਣਗੇ ਜੀ। 3 ਨੰਬਰ ਗਰਾਊਂਡ ਤੇ ਲੈ ਕੇ ਆਉਂਦੀ ਟੀਮ ਦਾ ਮੈਚ ਵੀ ਬਹੁਤ ਵਧੀਆ, ਅਗਲਾ ਮੈਚ ਯੂਪੀ ਫਤਿਹਪੁਰ ਦਾ ਚੈਣੇਵਾਲ ਨਾਲ ਵਰੇ, ਉਹ ਤਾਂ ਵੀ ਮੈਚ ਬੜਾ ਟੋਟੀ ਦਾ ਹੈ। 2 ਨੰਬਰ ਗਰਾਊਂਡ ਤੇ ਵੀ ਇੱਕ ਪਾਸੇ ਹੁਣ ਕਹਿੰਦੇ ਮੁੰਡੇ ਆ ਗਏ ਭਰਾਜ ਵਾਲੇ
ਹਰ ਇਕੱਲੇ ਪਾਸੇ ਬਾਰੇ ਕਹਿੰਦੀ ਬੀ ਟੀਮ ਖੇਡੇਗੀ ਤੇ ਜਿਹੜਾ ਮੈਚ ਆ ਚੱਲਦਾ ਪਿਆ ਇੱਕ ਪਾਸੇ ਮੁੰਡੇ ਕਹਿੰਦੇ ਆ ਗਏ ਕੱਦੂ ਖੇਡੇ ਵਾਲੇ ਆ ਪੰਜਾਬ ਦੇ ਕਹਿੰਦੇ ਲਾਸ ਜੇ ਪਿੰਡਾਂ ਦੀ ਗੱਲ ਹੁੰਦੀ ਹੈ ਉਹ ਕਦੇ ਕਮਾਲ ਹੋਈ ਪਈ ਹੈ ਵੀ ਕਦੇ ਨਾ ਗਰਾਊਂਡ ਚ ਪੱਜਾਂ ਥਾਪੀਆਂ ਵੇਖਿਆ ਜਸਿੰਦਰੇ ਦੇ ਚੌਂ ਤੇ ਕਰੀ ਤੇ ਉਹਨਾਂ ਦੀ ਆਜ਼ਾਦੀਆਂ ਦਾ ਰੇਤ ਪੁੱਛਣਾ ਔਰ ਜਿਹਨੇ ਵੀ ਸ਼ਰਾਬੇ ਦੀ ਕਿਤਾਬ ਨਹੀਂ ਪੜ੍ਹੀ 18 ਮਾਰਚ ਸਨੇਰ ਵਾਲੀ ਕਮੇਟੀ ਲਾਈ ਬੈਠੀ ਅਨਮੋਲ ਵਰਗੇ ਨਾਲ ਹੀ ਉਧਰਲੇ ਪਾਸੇ ਅਨਮੋਲ ਦਾ ਭਰਾ ਸਾਡਾ 18 ਮਾਰਚ ਆ ਜਿਹੜੀ ਸਨੇਰ ਦੇ ਬੰਦੇ ਟੱਪ ਗਈ ਆ 18 ਮਾਰਚ ਨੂੰ ਕਹਿੰਦੇ ਆ ਸਨੇਹ ਦੀ ਧਰਤੀ ਦੇ ਵੱਡੀਆਂ ਰੌਣਕਾਂ ਤਿੰਨ ਹੋ ਗਏ ਨੌ ਦੇ ਤਿੰਨ ਦਾ ਮੁਕਾਬਲਾ ਖੇਡਿਆ ਜਾ ਰਿਹਾ ਵੀ ਫਤਿਹਪੁਰ ਤੇ ਮਹਿੰਦੀ ਸਰਦਾ ਕਲਬ ਚੈਣੇ ਵਾਲਾ ਆ ਜਾਊਗਾ ਰਵੀਰ ਬਣ ਕੇ ਜੱਸੇ ਦਾ ਮੈਚ ਅਗਲਾ ਵੀਰੇ ਅਗਲਾ ਜੀ ਟੋਟੀ ਦਾ ਖੇਡਿਆ ਜਾਊਗਾ ਰੋਕੀਆ ਕਹਿੰਦੇ ਜੈਰਾਪੁਰ ਵਾਲਾ ਆ ਮੈਚ ਤੋਂ ਬਾਅਦ ਲਾਈਵ ਕੱਟ ਕੇ ਚਲਾਵਾਂਗੇ ਵੀਰੇ 8 ਘੰਟੇ ਪੂਰੇ ਹੋਣ ਵਾਲੇ ਆ ਜੀ ਇੱਥੇ ਹੀ ਹੋਣਾ ਇੱਥੇ ਅੰਮ੍ਰਿਤਪਾਲ ਵੀਰੇ ਅਗਲਾ ਮੈਚ ਲਾਈਵ ਚਲਾਵਾਂਗੇ ਕੱਟ ਕੇ ਬਈ 8 ਘੰਟੇ ਪੂਰੇ ਹੋਣ ਵਾਲੇ ਆ ਕਿਉਂਕਿ ਆ ਮੈਚ ਤੋਂ ਬਾਅਦ ਲਾਈਵ ਕੱਟ ਕੇ ਚਲਾਵਾਂਗੇ ਬਈ 2 ਨੰਬਰ ਗਰਾਊਂਡ ਤੇ ਵੀ ਗੁਰਲਾਲ ਪਿੰਡ ਦੀ ਟੀਮ ਦਾ ਮੈਚ ਚੱਲ ਪਿਆ ਸੋਹਣਾ ਵੀਰਾ ਪੁੱਛਣਾ ਹਾਲ ਮੁੰਡਿਆਂ ਦਾ ਇੱਕ ਪਾਸੇ ਦਬਾਅ ਆ ਪੈਰ ਖੁਰਦਵਾਲਾ ਤੇ ਨਾਲ ਰਾਏ ਸਿੰਘ ਆਇਆ ਕਹਿੰਦੇ ਨਠੌਰ ਪਿੰਡ ਤੋਂ ਉਧਰ ਵੀ ਕਹਿੰਦੇ ਦੁਨੀਆਂ ਦੇ ਬਹਾਰ ਭਿੜ ਰਹੇ ਆ 3 ਨੰਬਰ ਗਰਾਊਂਡ ਤੇ ਵੀ ਟੀਮ ਵੈਲਕਮ ਦੀ ਅਮਰਪਾਲ ਗੱਲ ਜੀ ਬਰਾਬਰੀ ਦੀ ਟੱਕਰ ਆ ਵੀ ਅੱਜ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ ਤੇ ਭੱਜਦਿਆਂ ਨੂੰ ਇੱਕੋ ਜਿੱਤ ਕੇ ਬਾਹਰ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਧੁੱਪ ਪੈ ਗਈ ਆ ਬਰਾਜ ਦੇ ਬੱਡੇ ਕੱਪਦੀ ਆ ਬਰਾਜ ਦਾ ਬੱਡਾ ਮੇਲਾ ਤੇ ਕਿਹੜਾ ਉਹ ਭਾਗਾ ਵਾਲਾ ਹੋਵੇਗਾ ਖਿਡਾਰੀ ਜਿਹਨੇ ਮੋਟਰਸਾਈਕਲ ਜਿੱਤਣਾ ਇਹਦੇ ਗੱਲ ਕਹਿੰਦੇ ਟਾਈਮ ਟਾਈਮ ਹੋਈ ਆ ਮੇਰੇ ਮਿੱਤਰੋ ਗੱਲਾਂ ਕਰੀ ਗੱਲ ਮੈਚ ਦੱਸਦਾ ਧੰਨਵਾਦ ਜੀ ਸੇਵਕ ਸਿੰਘ ਜੀ ਧੰਨਵਾਦ ਵੀਰੇ ਜੋਧਪੁਰ ਹੀ ਲੀੜਾ ਚੱਲਦੇ ਮੈਚ ਬਈ ਮੈਚ ਮੇਰੇ ਮਿੱਤਰ ਬੜਾ ਟੌਪ ਦਾ ਖੇਡਿਆ ਜਾ ਰਿਹਾ ਗਰਾਊਂਡ ਨੰਬਰ 2 ਦੇ ਵਿੱਚ ਵੀ ਇੱਧਰ ਵਿਸ਼ਾਲਾ ਖੇਡਦਾ ਰੋਹੜੇ ਵਾਲੀ ਦੀ ਧਰਤੀ ਦਾ ਇੱਕ ਕਹਿੰਦੇ ਮੇਰੇ ਮਿੱਤਰ ਪੱਟਾ ਮੱਲਾ ਪਰ ਇੱਧਰ ਗਲਤੀ ਗੱਭਰੂ ਨੇ ਕਰ ਦਿੱਤੀ ਵੱਡੀ ਗਰਾਊਂਡ ਨੰਬਰ 2 ਦੇ ਵਿੱਚ ਮੇਰੇ ਮਿੱਤਰ ਔਰ ਨਾਲ ਮੁੰਡੇ ਬਿੱਕੀ ਵਰਗੇ ਗੋਲਡੀ ਵਰਗੇ ਆ ਔਰ ਅਜੇ ਨੂੰ ਭਲਾ ਕੌਣ ਨਹੀਂ ਜਾਣਦਾ ਤੇ ਜਦਕਿ ਇਹਦੇ ਵੀ ਵੱਡੇ ਹੈ ਪਾਲੀ ਪੱਤਰਕਾਰ ਉਹ ਵੀਰ ਕਹਿੰਦਾ ਵੀ ਜੇ ਮੁੰਡੇ ਮਹਿਰਾਜ ਪਿੰਡ ਵਾਲੇ ਜਿੱਤ ਜਾਣ ਤੇ ਆਪਣੇ ਵੱਲੋਂ ਫੱਡੇ ਮਾਰ ਕੀਤੇ ਜਾਣਗੇ ਨੌਜਵਾਨ ਲੈ ਵੀ ਆਓ ਮੇਰਾ ਭਰਾ ਬਣ ਕੇ ਗਰਾਊਂਡ ਨੰਬਰ 1 ਦੇ ਨੇੜੇ ਆਓ ਜੀ ਮੈਡੀ ਸ਼ਰਮਾ ਕਲਬ ਚੈਣੇ ਵਾਲਾ ਮੈਚ ਵੀਰੇ ਇਸ ਤੋਂ ਬਾਅਦ ਜਿਹੜਾ ਫਤਿਹਪੁਰ ਯੂਪੀ ਦੀ ਟੀਮ ਦੇ ਨਾਲ ਖੇਡਿਆ ਜਾਵੇਗਾ
ਇਧਰ ਦਸੌਂਧੀ ਵਾਲਾ ਪ੍ਰਦੀਪ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਹੋ ਤਿਆਰ ਹੈ। ਇੱਕ ਤੇ ਆਪਣਾ ਲਾਈਵ ਜਸਪ੍ਰੀਤ ਬਰਾੜ ਵੀਰ, ਇੱਕ ਤੇ ਆ ਜੀ ਠੀਕ ਆ, ਅਗਲਾ ਮੈਚ ਹੈ ਬਈ ਸ਼ਾਸਤਰੀ ਕਾ ਨਹੀਂ ਰੂਸੀ ਫਤਿਹਪੁਰ ਦਾ ਗੱਲਾਂ ਅੱਜ ਕੱਲ ਗੋਪੀ ਦੇ ਵਰਗੇ ਵੀ ਬੜਾ ਤਗੜਾ ਖੇਡੇ ਮੇਰੇ ਮਿੱਤਰੋ, ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਵੀਰਾਂ ਨੇ ਅੱਜ ਦੇ ਉਸ ਖੇਡ ਟੂਰਨਾਮੈਂਟ ਦੇ ਵਿੱਚ ਜਿੰਨਾ ਵੀ ਯੋਗਦਾਨ ਪਾਇਆ ਹੈ ਕੱਲਾ ਹੋਇਆ ਸਾਡੇ ਭਰਾਵਾਂ ਦਾ, ਆਪਾਂ ਦਿਲੋਂ ਧੰਨਵਾਦ ਕਰਾਂਗੇ ਸਾਰੇ ਭਰਾਵਾਂ ਦਾ, ਚੱਲਿਆ ਹੋਇਆ ਸਾਡਾ ਇੱਕ ਇੱਕ ਕਦਮ ਜਿਹੜਾ ਸਿਰ ਮੱਥਿਆ ਹੈ, ਪਰ ਆਹ ਮੈਚ ਇੱਥੋਂ ਵੀ ਜਿੱਤਿਆ ਜਾ ਸਕਦਾ ਹੈ ਨਾ ਵੀ ਹਰਮੋਨੀ ਚੱਲਦੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਖੱਬੀ ਖਾਨ ਖਵਾਉਣਾ ਹੈ, ਪਰ ਜੇ ਆਹ ਮੈਚ ਜਿੱਤ ਕੇ ਦਿਖਾਵੇ ਨਾ ਉਹ ਤੈਨੂੰ ਅਗਲਾ ਮੈਚ ਅਗਲਾ ਮੈਚ ਖੱਬੇ ਦੇ ਆਪਣੀ ਟੀਮ ਦੇ ਲਈ ਠੀਕ ਕਰਦੀ ਖਰਾਬ ਗਰਮੀ ਦੇ ਸੀਨੇ ਵੀ ਤੇ ਸੂਈ ਵਾਂਗੂ ਚੁਵੇ ਪਿੱਤ ਭਾਂਡੇ ਵੀ ਦੇ ਰਹੀ ਹੈ, ਆਹ ਪਾਣੀਏ ਦਾ ਕੰਮ ਚੱਲਦਾ ਜਬਾਨ ਤੇ ਬਾਬੇ ਬੰਗ ਤੀਵੀ ਸੂਟਾਂ ਦੀ ਦੁਕਾਨ ਤੇ ਸ਼ਿੰਦਰ ਟਕਾਵੇ ਚਾਂਬਲੇ ਜਵਾਕ ਨੂੰ ਨਾਗਾ ਪਾਉਣਾ ਔਖਾ, ਡਿੱਗਲੇ ਪਿਆਕ ਨੂੰ ਤੇ ਲਾ ਕੇ ਕਈਆਂ ਗੱਲਾਂ ਸੀਨੇ ਖੁੱਭ ਜਾਂਦੀਆਂ, ਮਾਰੇ ਟਾਈਮ ਵਰਤਕਾ ਵੀ ਡੁੱਬ ਜਾਂਦੀਆਂ, ਆਹ ਮਾਰੇ ਟਾਈਮ ਵਰਤਕਾ ਵੀ ਡੁੱਬ ਜਾਂਦੀਆਂ, ਵਾਕੇ ਡੁੱਬ ਜਾਂਦੀਆਂ ਜਦੋਂ ਦਿਨ ਮਾਰੇ ਹੁੰਦੇ ਹੈ ਉਦੋਂ ਦੇ ਸਾਰੇ ਕਹਿੰਦੇ ਵੀ ਟੀਂਡਿਆਂ ਦੀ ਢੋਲਕੀ ਵੱਜਦੀ ਹੈ, ਉਧਰ ਲੋਕ ਆਸਟ੍ਰੇਲੀਆ ਲਾਡੀ ਸਿੱਧੂ ਗੰਗੇ ਸਿੰਧੂ ਗੜ ਸਾਹਿਬ ਵਾਲਾ ਸਾਡਾ ਭਰਾ ਨਾਲ ਸਰਦਾਰ ਗਿੱਲ ਤੇ ਜਸਪ੍ਰੀਤ ਭੱਲਾ ਸਾਡਾ ਕਹਿੰਦੇ ਵੀ ਚਾਹੇ ਕਿਹੜੀ ਚਾਹੇ ਗੋਲਡੀ ਤੇ ਵਿੱਕੀ ਇਹ ਮੁੰਡੇ ਜੇ ਮੈਚ ਜਿਤਾਉਂਦੇ ਹੈ ਇੱਕੀ ਕੇ ਸੌ ਦੇ ਨਾਲ ਮੁੰਡਿਆਂ ਦੇ ਆਪਾਂ ਵੱਡੇ ਮਾਣ ਕਰ ਦਿਆਂਗੇ, ਤੁਹਾਨੂੰ ਆਸਟ੍ਰੇਲੀਆ ਲਾਡੀ ਸਿੱਧੂ ਗੰਗੇ ਸਿੱਧੂ ਜੀ ਸਾਡੇ ਗਗਨੀ ਮੁੱਗਰ ਜਗਤਾਰ ਗਿੱਲ ਤੇ ਜਸਪ੍ਰੀਤ ਭੱਲਾ ਕਿਹੜੀ ਗੋਲਡੀ ਦੇ ਵਿੱਕੀ ਦੇ ਲਈ ਇੱਕ ਹੀ ਸੌ ਦੇ ਵੱਡੇ ਮਾਣ ਹੋਣਗੇ, ਇਹ ਮੁੰਡੇ ਆ ਮੈਂ ਜਿੱਤਦੇ ਹੈ ਵੱਡੇ ਮਾਣ ਵਾਲੀ ਗੱਲ ਹੈ, ਬਹੁਤ ਸੋਹਣੇ ਮੁਕਾਬਲੇ ਖੇਡੇ ਜਾ ਰਹੇ ਹੈ ਟੌਪ ਦੈ ਫਰਾਜ ਵਾਲੀ ਹੈ ਕਹਿੰਦੇ ਹਰਮਨ ਖੇਡਦਾ ਖੁਸ਼ੇ ਯਾਰ ਦਾ ਪਿੰਡ ਹੈ ਫਰਾਜ ਵਾਲਾ, ਹਾਊਸ ਸਾਹਮਣੇ ਮੰਗੂ ਅੱਗੇ ਖੱਬੇ ਅੱਗੇ ਖੇਡੇ ਹੈ ਤੇ ਗੱਲਾਂ ਕਹਿੰਦੇ ਫਰਾਜ ਵਾਲੇ ਦੀ ਲਾਲੀ ਨਹੀਂ ਆਉਂਦੀਆਂ, ਇੱਕ ਨੰਬਰ ਗਰਾਂ ਚਾਹ ਜੀ ਫਤਿਹਪੁਰ ਜੁੱਤੀ ਤੇ ਕਹਿਣਿਆਂ ਵਾਲੇ ਮੁੰਡੇ ਮੇਰਾ ਕਹਿੰਦੇ ਦੇਵੀ ਇੱਕ ਨੰਬਰ ਚਾਹ ਜੋ ਐਨ ਆਰ ਆਈ ਗੰਗਾ ਤੇ ਖਿਆਲੀ ਵਾਲੇ ਦੀ ਡਾਂ ਕਹਿੰਦੇ ਦੋ ਖੜਕਣੀ ਹੈ, ਇਹ ਟੀਮਾਂ ਦੋ ਨੰਬਰ ਗਰਾਊਂਡ ਦੇ ਜਿਹੜੇ ਆ ਜਾਣਗੀਆਂ ਰਾਮਕੋਟ ਤੇ ਖਿਲਰੀਆਂ ਨੇ ਖੇਡਣਾ ਤਿੰਨ ਨੰਬਰ ਗਰਾਊਂਡ ਦੇ ਵਿੱਚ, ਇਹ ਟੀਮਾਂ ਕਹਿੰਦੇ ਤਿੰਨ ਨੰਬਰ ਗਰਾਊਂਡ ਦੇ ਨੇੜੇ ਆਓ ਜਲਦੀ ਦੇ ਨਾਲ, ਬਹੁਤ ਸੋਹਣੇ ਮੁਕਾਬਲੇ ਆਪਾਂ ਦੇਖ ਰਹੇ ਹੈ ਅੱਜ ਮਹਾਰਾਜ ਦੀ ਵਧੀਆ ਵਧੀਆ ਵੱਡੇ ਬਾਈ ਰਾਜੂ ਦਵਾਨ ਖੜਾ ਮਾਨ ਹੈ ਮਹਾਰਾਜ ਨੂੰ ਸਟਾਰ ਪਲੇਅਰ ਬਾਈ ਸੀਨੀਅਰ ਪਲੇਅਰ ਰਾਜੂ ਦਵਾਨ ਖੜਾ ਵੀ ਲਾਈਵ ਹੈ, ਸਵਾਗਤ ਹੈ ਜੀ ਰਾਜੂ ਦਵਾਨ ਖੜਾ ਜੀ, ਤੁਹਾਨੂੰ ਮਿਲਦੇ ਆ ਤੁਹਾਡੇ ਏਰੀਆ 'ਚ ਰਾਜੂ ਬਾਈ, ਉਹ ਕੰਮ ਕਰਕੇ ਰੱਖੀ ਰਾਜੂ ਮੇਰਾ ਬੂਟਾ ਲੈ ਕੇ ਆਣਾ ਕਿੰਨੂਆਂ ਵਿੱਚ ਮੈਂ ਤੇ ਦੁਨੀਆਂ ਦੇ ਵੱਡੇ ਵੱਡੇ ਸੁਪਰ ਸਟਾਰ ਪਹੁੰਚਦੇ ਹੈ ਸੰਦੀਪ ਰੇ ਅਗਲਾ ਮੈਚ ਆ ਜੀ ਜੱਸੇ ਦਾ, ਅਗਲਾ ਮੈਚ ਯੂਪੀ ਫਤਿਹਪੁਰ ਨਾਲ ਵੀਰੇ, ਗਰਾਊਂਡ ਨੰਬਰ 3 ਦੇ ਵਿੱਚ ਵੀ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ,
ਇੱਕ ਪਾਸੇ ਮੈਂ ਦੇਖਦਾ ਵੀ ਯੂਪੀ ਸਾਸਤਰੀ ਦਾ ਮੈਚ ਵੀ ਬਾਕੀ ਅਗਲਾ ਮੈਚ ਯੂਪੀ ਫਤਿਹਪੁਰ ਦਾ ਹੈ ਬਾਈ ਆਏ ਹੋਏ ਹੈ ਬੱਲੇ ਵਾਲੇ ਪਿੰਡ ਦਾ ਰਿੰਕੂ ਸਾਹਿਲ ਸੋਹੀ ਨੇ ਸਟਾਰ ਭੇਜਿਆ ਬਾਬਾ ਧੰਨਵਾਦ ਜੀ ਨਾਲ ਸਾਹਿਲ ਸੋਹੀ ਜੀ ਔਰ ਮੁੰਡੇ ਸ਼ੌਕੀ ਨੂੰ ਸਟਾਰ ਭੇਜਵਾ ਦੇ ਧੰਨਵਾਦ ਜੀ ਇਸ ਵੱਡੇ ਕੰਮ ਆ ਸਕਿੱਲ ਮਲਤਾਨੀ ਆ ਬਾਈ ਇੱਥੇ ਹੈਗਾ ਰਹਿਦਾ ਪ੍ਰਵਾਦਾ ਅਰਸ਼ ਬਾਈ ਸਾਨੂੰ ਇਥੋਂ ਖੀਆ ਜਾਵਾਂਗੇ ਸਿੱਧਾ ਹੀ ਅਰਸ਼ ਵੀਰੇ ਜੱਸੇ ਦਾ ਅਗਲਾ ਮੈਚ ਵੀਰੇ ਆਓ ਬੱਲੇ ਬੱਲੇ ਹੋਈ ਪਈ ਹੈ ਨਹੀਂ ਕੀ ਨਹੀਂ ਲੱਖੀ ਖੇਡ ਰਿਹਾ ਬੜੀ ਸੋਹਣੀ ਟੀਮ ਹੈ ਮਹਿਰਾਜ ਦੀ ਟੌਪ ਦੀ ਟੀਮ ਹੈ ਕਹਿੰਦੇ ਬਸਾਲਾ ਹੂੜੇ ਵਾਲੀ ਪਿੰਡ ਹੈ ਭਾਗ ਸਰ ਦੇ ਲਾਗੇ ਸ੍ਰੀ ਮੁਕਤਸਰ ਜ਼ਿਲ੍ਹੇ ਦਾ ਰੂੜੇ ਵਾਲੀ ਪਿੰਡ ਦਾ ਕਹਿੰਦੇ ਬਸਾਲਾ ਖੇਡ ਰਿਹਾ ਹੈ ਬਹੁਤ ਵਧੀਆ ਟੀਮ ਕਰਨੀ ਵਰਗੇ ਬੜੇ ਪੁਰਾਣੇ ਖਿਡਾਰੀ ਖੇਡ ਰਹੇ ਹੈ ਬੜਾ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਬਹੁਤ ਧੰਨਵਾਦ ਜੀ ਅਮੇ ਤੁਪਸੀ ਨੇ ਸਟਾਰ ਭੇਜਿਆ ਜੁੱਪੇ ਵਾਲਾ ਸੂਡੀ ਵਾਲੀਬਾਲ ਦਾ ਐਡਮਿਨ ਭਾਈ ਅਮੇ ਤੁਪਸੀ ਨੇ ਸਟਾਰ ਭੇਜਿਆ ਧੰਨਵਾਦ ਜੀ ਅਮੇ ਤੁਪਸੀ ਜੀ ਮੈਚ ਦੇ ਖੇਡੇ ਜਾ ਰਹੇ ਹੈ ਇੱਕ ਨੰਬਰ ਦੀਆਂ ਟੀਮਾਂ ਵੀ ਆਓ ਜੀ ਗਰਾਊਂਡ ਦੇ ਨੇੜੇ ਇੱਧਰ ਕਹਿੰਦੇ ਬਾਠ ਹੈ ਕੰਦੂ ਖੇਡੇ ਵਾਲਾ ਨਾਲ ਮੈਂ ਦੇਖਦਾ ਵੀ ਮੁੰਡਾ ਹਰਮਨ ਹੈ ਇਹ ਵੀ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ ਬੜੀ ਸੋਹਣੀ ਖੇਡ ਹੈ ਹਰਮਨ ਕਹਿੰਦੇ ਫਰਾਜ ਵਾਲੀਆਂ ਖੇਡ ਰਹੇ ਹੈ ਨਾਲ ਦਿਓਰ ਪਿੰਡ ਦਾ ਕਹਿੰਦੇ ਪ੍ਰਦੀਪ ਹੈ ਬੱਲੂ ਵਾਲੀਆਂ ਸਰਬੀ ਦਾ ਯਾਰ ਟੌਪ ਦੇ ਖਿਡਾਰੀ ਅੱਜ ਪੁੱਜੇ ਹੋਏ ਹੈ ਉਧਰ ਜੋਧਪੁਰ ਦੀ ਟੀਮ ਵੀ ਬੜੀ ਵੱਡੀ ਟੀਮ ਹੈ ਅੱਜ ਦੀ ਕੱਪ ਵੀ ਕਹਿੰਦੇ ਦਾਅਵੇਦਾਰ ਟੀਮ ਹੈ ਤੇ ਅਗਲਾ ਮੈਚ ਵੀ ਕਹਿੰਦੇ ਬਹੁਤ ਤਕੜਾ ਖੇਡਿਆ ਜਾਣਾ ਜਿਹੜੀ ਜਿੱਤਗੀ ਮੁੰਡੇ ਬਾਰੇ ਕਹਿੰਦੇ ਜਿੱਤਦੇ ਹੈ ਮੈਚ ਅਗਲਾ ਵੀ ਕਹਿੰਦੇ ਸਿਰੇ ਦਾ ਖੇਡਿਆ ਜਾਣਾ ਹੈ ਟੱਕਰ ਸਿਰੇ ਦੀ ਹੈ ਦੋਨੋਂ ਟੀਮਾਂ ਵੱਡੀਆਂ ਬਹੁ ਮੁੰਡਾ ਹਰਮਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਮਾਲ ਦਾ ਨੰਬਰ ਆਓ ਸਾਹਮਣੇ ਕਹਿੰਦੇ ਕੰਦੂ ਖੇਡਾ ਪੈਂਦਾ ਜਸ਼ਨ ਦਾ ਜਿਹੜਾ ਸੈਂਟਰ ਦੇ ਵਿੱਚ ਆ ਗਿਆ ਹੈ ਇੱਕ ਸਾਹ ਕਹਿੰਦੇ ਅਮਰਗੜ ਦੇ ਖੇਡ ਟੂਰਨਾਮੈਂਟ ਦਾ ਇਹ ਮੁੰਡਾ ਕਹਿੰਦੇ ਟੈਸਟ ਬਣਿਆ ਪਰ ਦਿਓਰ ਵਾਲਾ ਪ੍ਰਦੀਪ ਨੰਬਰ ਦਾ ਵਾਧਾ ਕਰ ਗਿਆ ਮੁੰਡਾ ਕਹਿੰਦੇ ਬਠਿੰਡੇ ਵਾਲਾ ਵੀ ਖੁੱਲੀਆਂ ਜ਼ਮੀਨਾਂ ਕਾਲਾ ਕੋਠੀਆਂ ਚ ਰਹਿੰਦੀ ਹੈ ਤੇ ਪੈਰ ਦੇ ਬਠਿੰਡੇ ਵਾਲੇ ਮਿੱਟੀ ਹੁੰਦੇ ਪੈਣਦੀ ਹੈ ਆਹ ਜ਼ਿੰਦਗੀ ਸਫਾਰੀ ਤੇ ਆਮ ਦੀ ਸਫਾਰੀ ਹੈ ਇੱਥੇ ਕੱਲ ਦਾ ਜਵਾਕ ਲੈ ਕੇ ਬਹਿ ਗਿਆ ਵੀ ਤੇਰੇ ਲੁਧਿਆਣੇ ਸ਼ਹਿਰ ਤੋਂ ਕਿਸੇ ਗੱਲੋਂ ਨਾ ਬਠਿੰਡਾ ਘੱਟ ਰਹਿ ਗਿਆ ਆਹ ਤੇਰੇ ਲੁਧਿਆਣੇ ਸ਼ਹਿਰ ਤੋਂ ਦਿਓਰ ਵਾਲਾ ਕਹਿੰਦੇ ਪ੍ਰਦੀਪ ਹੈ ਬੱਲੂ ਵਾਲੇ ਪਿੰਡ ਦਾ ਸਰਬੀ ਹੈ ਭਰਾਵਾਂ ਤੋਂ ਵੱਧ ਕੇ ਮਾਰ ਕਰਦਾ ਮੁੰਡੇ ਦੀ ਖੇਡ ਤੇ ਹੈ ਐਵੇਂ ਨੀ ਮੋਟਰਸਾਈਕਲ ਮਾਸਟਰ ਮਾਨ ਦੇ ਵਿੱਚ ਦਿੱਤਾ ਕੋਟ ਭਾਈ ਵਾਲੇ ਵਿਸ਼ੇਸ਼ ਹੋਣੀ ਪਿਆਰ ਅਮਿਤ ਭਾਈ ਜਾਪੀ ਲੈ ਲੈਣਾ ਮੇਰੇ ਪਾਸ ਐਕਸਟਰਾ ਹੁੰਦਾ ਹੈ ਬਹੁਤ ਹੋਏ ਅਮਿਤ ਭਾਈ ਇੱਕ ਨੰਬਰ ਗਰਾਊਂਡ ਤੇ ਵੀ ਮੈਨ ਪੂਰਾ ਚੋਟੀ ਦਾ ਪਰ ਹਰਮਨ ਉਹ ਤੋਂ ਕਵੀ ਵੀ ਲੈ ਲੈਣਾ ਆਪ ਅਮਿਤ ਭਾਈ ਦੀ ਫੇਰ ਬਣਦੀ ਆ ਤੇ ਆਉਣ ਵਾਲਾ ਤੇ ਅੱਜ ਬਾਲਾ ਆਜੀ ਬਣਾ ਦੂ ਰੌਕੀ ਦਾ ਚੀਤੇ ਕੋ ਬਤਾਓ ਆ ਬਈ ਆਜੀ ਪਕੜਾ ਦੇਤਾ ਹੂੰ ਅਗਰ ਆਪਕੋ ਮਿਲੇਗੇ ਰੌਕੀ ਔਰ ਚੀਤੇ ਮੇਂ ਸੇ ਕੋਈ ਜਾਂ ਛੋਟੂ ਮਿਲੇ ਫਤਿਹਪੁਰ ਵਾਲਾ ਆਜੀ ਦੇ ਦੇਤਾ ਹੂੰ ਬਈ ਕਹਿੰਦਾ ਜਸ਼ਨਾ ਲਾਵੇ ਬਾਲਾ ਔਰ ਖੱਟਣ ਦੀ ਤੇਰੇ ਹੋਰ ਦਿੱਤੇ ਹੋ ਸਾਹਮਣੇ ਪਿਆ ਕੱਪ ਕਿਨੇ ਜਿੱਤਣਾ ਰਾ ਕੇ ਦੌੜਿਆ ਪੱਟਾਂ ਗੁੱਟਾਂ ਦਾ ਪੂਰਾ ਜ਼ੋਰ ਮਿੱਤਰੋ ਨਹੀਂ ਇੱਧਰ ਵੀ ਦੱਸਦੀ ਤਲਵੰਡੀ ਵਾਲੇ ਕੰਦੂ ਖੇੜੇ ਵਾਲੇ ਨੰਬਰ 3-4 ਲਗਾਤਾਰ ਵੀ ਲਾ ਗਏ ਹੈ ਨਵੀਂ ਕਿੰਨੇ ਕਿੰਨੇ ਪੁਆਇੰਟ ਹੋ ਗਏ ਫਰਵਾਰੀ ਪਾਣਾ ਦੱਸ ਲੈ ਜਰਾ ਵੀ ਡਰ ਕੇ ਫਰਵਾਰੀ ਵਾਲਾ ਕਹਿੰਦੇ ਜੱਸਾ ਆਇਆ ਹੋਇਆ ਹੈ ਨਵੀਂ ਦੱਸੇ ਕਿੰਨੇ ਕਿੰਨੇ ਪੁਆਇੰਟ ਹੋਰ ਕਿੰਨੇ ਆ ਸਕੋਰ ਬਾਈ ਸਕੋਰ ਕਿੰਨੇ ਆ 7-12 7-12 ਪੁਆਇੰਟ ਆ ਜੀ 7-12 ਹੋ ਗਿਆ ਲਵੀ 7-12 ਵੀ ਟੱਕਰ ਹੈ ਓਕੇ ਓਕੇ ਜੀ ਅਮੇ ਜੀ ਠੀਕ ਹੈ ਜੀ ਸ਼ੇਰ ਦਾ ਮੈਚ ਅਜੇ ਲੇਟ ਆ ਰਿਹਾ ਹੈ ਜੋਧਪੁਰ ਜਾ ਰਿਹਾ ਆਉ ਪੰਜਾਬ ਰਵੀ ਹਰ ਗਿਆ ਵੀਰੇ ਰਵੀ ਹਰ ਗਿਆ ਦਸ ਨੰਬਰ ਦੇ ਅੱਖ ਬਾਜ ਹੋ ਗਿਆ ਤੇ ਕੰਮ ਤੇਰੇ ਤੇਰੇ ਹੋ ਜੂਗਾ ਹਰ ਬਣੇ ਕਦਾ ਨੰਬਰ ਤੇ ਜੋ ਅਗਲਾ ਮੈਚ ਜੀ ਇੱਥੇ ਆ ਵੀਰੇ ਇੱਥੇ ਆ ਜੀ
ਕਰਕੇ ਸੱਦਿਆ ਹੋਇਆ ਅੱਜ ਕਦੇ ਕੱਦੂ ਖਿਡਾਏ ਮੁੰਡਿਆਂ ਨੇ ਪਰ ਨਿਕਲਾ ਚ ਉੱਪਰ ਗਲਤੀ ਕਰ ਗਿਆ ਤੇ ਸਫਲਤਾ ਜਿਹੜੀ ਜੋਧਪੁਰੀਆਂ ਦੀ ਟੀਮ ਦੇ ਖਾਤੇ ਵਿੱਚ ਹੈ ਸਟਾਰ ਫਿਰਦਾ ਸਾਰਾ ਖਾਰ ਦੀ ਖਾਦਾ ਤੇਰੇ ਯਾਰ ਤੋਂ ਜੋ ਬਣਿਆ ਸਟਾਰ ਫਿਰਦਾ ਲਓ ਨੰਬਰ ਕਹਿੰਦੇ ਮੁੰਡਿਆਂ ਨੇ ਤੇਰਵਾਂ ਜੋੜ ਦਿੱਤਾ ਸੰਗਰੂਰ ਵਾਲਾ ਕਹਿੰਦੇ ਚੀਜ਼ ਵੀ ਉਹ ਚੇਚੇ ਕਰਦੇ ਪੁੱਜਿਆ ਹੋਇਆ ਸਾਡਾ ਵੱਡਾ